ਕਿੰਨਾ ਕਿ ਨੁਕਸਾਨ ਹੋਇਆ ਇਸ ਵਾਰ 50% ਹੋ ਗਿਆ ਜੀ 50% ਤੋਂ ਜ਼ਿਆਦਾ ਹੀ ਨੁਕਸਾਨ ਆ ਬਜਾਈ ਤੋਂ ਲੈ ਕੇ ਹੁਣ ਤੱਕ ਜਿਹੜਾ ਸਾਡਾ 18 ਤੋਂ 20000 ਰੁਪਏ ਇੱਕ ਇੱਕ ਖਰਚਾ ਆਇਆ ਸਾਡਾ ਉਹ ਜਿਹੜਾ ਵਢਾਈ ਦਾ ਵੀ ਹੁਣ ਖਰਚਾ ਸਾਨੂੰ ਡਬਲ ਦੇਣਾ ਪੈਣਾ ਇਸ ਹਿਸਾਬ ਨਾਲ ਸਾਡੀ ਜਿਹੜੀ ਲਾਗਤ ਆ ਉਹ ਵੀ ਵਾਪਸ ਨਹੀਂ ਹੁਣ ਪਹਿਲਾਂ ਜਿੰਮੇਦਾਰਾਂ ਨੇ ਬਹੁਤ ਵੱਡੀਆਂ-ਵੱਡੀਆਂ ਲਿੰਮਟਾਂ ਬਣਾ ਕੇ ਤੇ ਫੇਰ ਕੰਮ ਸ਼ੁਰੂ ਕੀਤਾ ਸੀ ਤੇ ਹੁਣ ਮੇਰੇ ਖਿਆਲ ਚ ਆ ਫਸਲ ਵਡਾਉਣ ਤੋਂ ਬਾਅਦ ਚ ਲਿਮਟਾਂ ਤੇ ਨਵੀਆਂ ਪੁਰਾਣੀਆਂ ਕੀ ਹੋਣੀਆਂ ਤਾਰਨਯੋਗ ਹੈ ਹੀ ਨਹੀਂ ਤੇ ਸਾਰੇ ਦਾ ਸਾਰਾ ਹੀ ਇਸ ਤਰ੍ਹਾਂ ਹੀ ਆ ਜਿੱਦਾਂ ਇਹ ਪਈ ਆ ਇਦਾਂ ਹੀ ਸਾਰੀ ਲੰਮੀ ਪਈ ਹੋਈ ਆ ਤਕਰੀਬਨ ਤਕਰੀਬਨ 18-20000 ਰੁਪਇਆ ਖਰਚਾ ਵੀ ਚੜਿਆ ਇਹਦੇ ਤੇ ਤੇ ਇਹਦੇ ਤੋਂ ਪੱਲੇ ਕੱਖੜੀ ਪੈਣਾ ਹੁਣ ਭਾਈ ਅਸੀਂ ਤਾਂ ਸਰਕਾਰ ਤੋਂ ਇਹ ਹੀ ਮੰਗ ਕਰਦੇ ਆਂ ਵੀ ਸਾਡਾ ਜੋ ਬੰਦਾ ਮਾਅਬਜਾ ਉਹ ਦਿੱਤਾ ਜਾਏ। ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਤੇਜ਼ بارش ਅਤੇ ਗੜੇਮਾਰੀ ਨੇ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਹੈ। ਗੁਰਦਾਸਪੁਰ ਦੇ ਪਿੰਡ ਨਾਨੋਵਾਲ ਵਿੱਚ ਵੀ ਮੌਜੂਦ ਹੈਗੇ ਹਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਪਿੰਡ ਦੇ ਵਿੱਚ ਵੀ ਹਜ਼ਾਰਾਂ ਏਕੜ ਜਿਹੜੀ ਫਸਲ ਵਾ ਉਹ ਮੀਂਹ ਦੀ ਮਾਰ ਹਟ ਆ ਚੁੱਕੀ ਆ ਗੜੇਮਾਰੀ ਦੀ ਮਾਰ ਹਟ ਆ ਚੁੱਕੀ ਆ ਜਿਸ ਕਰਕੇ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਕਿਹਾ ਜਾ ਰਿਹਾ ਕਿ ਝਾੜ ਦੇ ਵਿੱਚ ਵੀ 50% ਜਿਹੜਾ ਫਰਕ ਵਾ ਉਹ ਪਵੇਗਾ ਤੇ ਨਾਲ ਹੀ ਇਸ ਫਸਲ ਨੂੰ ਵਧਾਉਣ ਦੇ ਲਈ ਹੋਣ ਜਿਹੜੇ ਪੈਸੇ ਵੀ ਉਹ ਵੀ ਜ਼ਿਆਦਾ ਖਰਚਣੇ ਪੈਣਗੇ ਕੁਝ ਕਿਸਾਨ ਮੇਰੇ ਨਾਲ ਹੈਗੇ ਨੇ ਜਿਨ੍ਹਾਂ ਨੇ ਪੁੱਤਾ ਵਾਂਗੂ ਇਹ ਫਸਲ ਪਾਲੀ ਸੀ ਤੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਗੱਲਬਾਤ ਕਰਦੇ ਆ ਭਾਈ ਦੱਸ ਦਿਓ ਜੀ ਕਿਹੜਾ ਪਿੰਡ ਹੈਗਾ ਤੇ ਕੀ ਨਾਂ ਹੈਗਾ ਆਪਣਾ ਇਹ ਪਿੰਡ ਸਾਡਾ ਨਨੌਰ ਕਲਾਂ ਜੀ ਕੀ ਪ੍ਰਸ਼ਨਾਂ ਚੰਗੇ ਕਿੰਨਾ ਕਿੰਨਾ ਨੁਕਸਾਨ ਹੋਇਆ ਇਸ ਵਾਰ 50% ਹੋ ਗਿਆ ਜੀ 50% ਤੋਂ ਜ਼ਿਆਦਾ ਹੀ ਨੁਕਸਾਨ ਆ ਬਜਾਈ ਤੋਂ ਲੈ ਕੇ ਹੁਣ ਤੱਕ ਜਿਹੜਾ ਸਾਡਾ 18 ਤੋਂ 20000 ਰੁਪਏ ਇੱਕ ਇੱਕ ਖਰਚਾ ਆਇਆ ਸਾਡਾ ਉਹ ਜਿਹੜਾ ਵਢਾਈ ਦਾ ਵੀ ਹੁਣ ਖਰਚਾ ਸਾਨੂੰ ਡਬਲ ਦੇਣਾ ਪੈਣਾ ਇਸ ਹਿਸਾਬ ਨਾਲ ਸਾਡੀ ਜਿਹੜੀ ਲਾਗਤ ਆ ਉਹ ਵੀ ਵਾਪਸ ਨਹੀਂ ਹੋਣੀ ਤੋਂ ਪਹਿਲਾਂ ਜਿੰਮੇਦਾਰਾਂ ਨੇ ਬਹੁਤ ਵੱਡੀਆਂ ਵੱਡੀਆਂ ਲਿਮਟਾਂ ਬਣਾ ਕੇ ਤੇ ਫਿਰ ਕੰਮ ਸ਼ੁਰੂ ਕੀਤਾ ਸੀ ਤੇ ਹੁਣ ਮੇਰੇ ਖਿਆਲ ਚ ਆ ਫਸਲ ਵਢਾਉਣ ਤੋਂ ਬਾਅਦ ਚ ਲਿਮਟਾਂ ਤੇ ਨਵੀਆਂ ਪੁਰਾਣੀਆਂ ਕੀ ਹੋਣੀਆਂ ਤਾਰਨਯੋਗ ਹੈ ਹੀ ਨਹੀਂ ਬਹੁਤ ਨੁਕਸਾਨ ਭਾਰੀ ਨੁਕਸਾਨ ਹੋਇਆ ਜੀ ਰਾਤ ਸਾਰੀ ਬਾਰਿਸ਼ ਹੁੰਦੀ ਰਹੀ ਅੰਧੇਰੀ ਚੱਲਦੀ ਰਹੀ ਤੇ ਗੜੇ ਮਾਰੀ ਹੁੰਦੀ ਰਹੀ ਬਿਲਕੁਲ ਕਿਹਾ ਜਾ ਰਿਹਾ ਕਿ ਸਾਈ ਰਾਤ ਜਿਹੜੀ ਬਾਰਿਸ਼ ਹੁੰਦੀ ਰਹੀ ਆ ਭਾਈ ਦੱਸ ਦਿਓ ਜੀ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਕਿੰਨੇ ਏਕੜ ਦੀ ਜਿਹੜੀ ਫਸਲ ਟੜੀ ਹੈਗੀ ਭਾਈ ਇਲਾਕੇ ਦੀ ਤਾਂ ਤਕਰੀਬਨ 9-10 ਹਜ਼ਾਰ ਏਕੜ ਫਸਲ ਆ ਚਲੋ ਮੰਨ ਕੇ ਚੱਲੀਏ ਸਾਡੇ ਪਿੰਡ ਦਾ ਰਕਬਾ ਜਿਹੜਾ ਇਹ 1000 ਏਕੜ ਦੇ ਕਰੀਬ ਹੈ ਤੇ ਸਾਰੇ ਦਾ ਸਾਰਾ ਹੀ ਇਸ ਤਰ੍ਹਾਂ ਹੀ ਆ ਜਿੱਦਾਂ ਇਹ ਪਈ ਆ ਇਦਾਂ ਹੀ ਸਾਰੀ ਲੰਮੀ ਪਈ ਹੋਈ ਆ ਤਕਰੀਬਨ ਤਕਰੀਬਨ 18-20 ਹਜ਼ਾਰ ਰੁ ਤੇ ਇਹਦੇ ਤੋਂ ਪੱਲੇ ਕੱਖ ਨਹੀਂ ਪੈਣਾ ਹੁਣ ਭਾਈ ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਵੀ ਸਾਡਾ ਜੋ ਬੰਦਾ ਮੁਆਵਜ਼ਾ ਉਹ ਦਿੱਤਾ ਜਾਏ। ਜੇ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵੀ ਬਾਕੀ ਕਹਿ ਰਿਹਾ ਵਾ ਅਗਲੇ ਦਿਨਾਂ ਵਿੱਚ ਲੈ ਕੇ। ਮੌਸਮ ਤਾਂ ਅੱਗੇ ਵੀ ਇਸੇ ਤਰ੍ਹਾਂ ਹੀ ਆ ਜੀ 3-4 ਦਿਨ ਲਗਾਤਾਰ ਹੀ ਦੱਸਿਆ ਹੋਇਆ ਗੜੇ ਮਾਰੀ ਮੀਂਹ ਸਾਰਾ ਕੁਝ ਤੇ ਨੁਕਸਾਨ ਤਾਂ ਅੱਗੇ ਵੀ ਵਧਣਾ ਹੀ ਆ ਘਟਦਾ ਤਾਂ ਨਹੀਂ ਹੁਣ। ਕੀ ਅਪੀਲ ਹੈਗੀ ਸਰਕਾਰ ਨੂੰ? ਸਰਕਾਰ ਨੂੰ ਇਹੀ ਅਪੀਲ ਹੈ ਕਿ ਇਹਦਾ ਬੰਦਾ ਮੁਆਵਜ਼ਾ ਦਿੱਤਾ ਜਾਏ ਤੇ ਕਿਰਪਾ ਕਰਕੇ ਗਰਦੌਰੀ ਕਰਾਈ ਜਾਏ ਸਪੈਸ਼ਲ ਇਹਦੀ। ਬਿਲਕੁਲ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਲਦ ਸਪੈਸ਼ਲ ਗੁਰਦਾਰੀਆਂ ਕਰਵਾ ਕੇ ਕਿਸਾਨਾਂ ਨੂੰ ਇਹ ਮੁਆਵਜ਼ਾ ਵਾ ਉਹ ਦਿੱਤਾ ਜਾਵੇ ਭਾਈ ਦੱਸ ਦਿਓ ਜੀ ਕਿੰਨੇ ਏਕੜ ਜਿਹੜੀ ਤੁਹਾਡੀ ਫਸਲ ਖਰਾਬ ਹੋਈ ਹੈਗੀ ਮੇਰੀ ਇਹ ਤਕਰੀਬਨ 8 ਏਕੜ ਦੇ ਲੱਗ ਸਕਿਆ ਜਿਹੜੀ ਫਸਲ ਹੈ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ ਤੇ ਆਦਾ ਤੇ ਚਾਰਾ ਵੀ ਨਹੀਂ ਰਿਹਾ ਇਹ ਜਿਹੜੀ ਕਣਕ ਇੰਨੀ ਖਰਾਬ ਹੋ ਗਈ ਇਹਦੀ ਤੂੜੀ ਵੀ ਨਹੀਂ ਬਣੇਗੀ ਆਉਣ ਵਾਲੇ ਰਮੇ ਵਿੱਚ ਤੂੜੀ 'ਚ ਮਿੱਟੀ ਆਏਗੀ ਸਾਰਾ ਕੁਝ ਹਰ ਪਾਸੇ ਕਿਸਾਨ ਦੀ ਬਰਬਾਦੀ ਹੋ ਚੁੱਕੀ ਹੈ ਤੇ ਅਸੀਂ ਇਹ ਮੰਗ ਕਰਦੇ ਆਂ ਵੀ ਸਾਡੀ ਜਲਦੀ ਜਲਦੀ ਕਰਦੌਰੀ ਕਰਾ ਗਿਆਾਨੂੰ ਕੋਈ ਮੁਆਵਜ਼ਾ ਦਿੱਤਾ ਜਾਏ ਪੁੱਤਾ ਵਾਂਗੂ ਪਾਲੀ ਫਸਲ ਸੀ ਕਿੰਨਾ ਖਰਚਾ ਆਉਂਦਾ 1 ਏਕੜ ਨੂੰ ਸੰਭਾਲਣ ਵਾਸਤੇ ਇਹ ਹੁਣ ਤੱਕ ਜੀ 15 ਤੋਂ 18000 ਰੁਪਏ ਤੱਕ ਇਹਦਾ ਖਰਚਾ ਆ ਚੁੱਕਾ ਹੁਣ ਇਸ ਟਾਈਮ ਤੇ ਲਾਸਟ ਹੀਗਾ 10 ਦਿਨ ਤੱਕ ਵਾਢੀ ਪੈਣੀ ਸੀ ਹੁਣ ਤਾਂ ਪੂਰਾ ਇਸ ਟਾਈਮ ਤੱਕ ਲਾਸਟ ਖਰਚਾ ਹੋ ਚੁੱਕਾ ਸਪਰੇਆਂ ਖਾਦਾਂ ਹਰ ਚੀਜ਼ ਪੂਰੀ ਹੋਏ ਉਹ ਪੈਸੇ ਜਿਹੜੇ ਅਸੀਂ ਆੜਤੀਆਂ ਤੋਂ ਚੁੱਕ ਕੇ ਇਹਦੇ ਉੱਤੇ ਲਾਉਨੇ ਰਹੇ ਹਾਂ ਉਹ ਵੀ ਸਾਡੇ ਸਿਰ ਤੇ ਜੜੇ ਆ ਲਿਮਟਾਂ ਦੇ ਵਿਆਸ ਸਿਰ ਤੇ ਜੜੇ ਆ ਕੀ ਮੰਗੇ ਸਰਕਾਰ ਨੂੰ ਸਰਕਾਰ ਤੋਂ ਇਹ ਮੰਗਾ ਵੀ ਸਾਡੀ ਬਾਹ ਫੜੀ ਜਾਏ ਕਿਸ ਬਿਲਕੁਲ ਤਸਵੀਰਾਂ ਤੁਹਾਨੂੰ ਫੇਕ ਕਰ ਫਿਰ ਵਿਖਾਉਣਾ ਚਾਹਾਂਗਾ ਤਸਵੀਰਾਂ ਵੇਖ ਸਕਦੇ ਹੋ ਕਿ ਵੱਡੇ ਪੱਧਰ ਤੇ ਹਜ਼ਾਰਾਂ ਏਕੜ ਜਿਹੜੀ ਇਸ ਪਿੰਡ ਦੀ ਜਿਹੜੀ ਫਸਲ ਵਾ ਉਹ ਮੀਂਹ ਦੀ ਮਾਰ ਹੇਟ ਆਉਣ ਕਰਕੇ ਬਰਬਾਦ ਹੋ ਚੁੱਕੀ ਆ ਪੂਰੀ ਜਿੱਥੇ ਤੱਕ ਨਜ਼ਰ ਜਾਂਦੀ ਆ ਸਾਰੀ ਜਿਹੜੀ ਫਸਲ ਵਾ ਉਹ ਬਿਲਕੁਲ ਵੇਚ ਚੁੱਕੀ ਆ ਤੇ ਹੁਣ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਆ ਸਰਕਾਰ ਨੂੰ ਮੰਗ ਕੀਤੀ ਜਾ ਰਹੀ ਆ ਕਿ ਸਰਕਾਰ ਜਿਹੜੀ ਆ ਜਲਦ ਸਪੈਸ਼ਲ ਗੁਰਦਾਰੀਆਂ ਕਰਵਾ ਕੇ ਕਿਸਾਨਾਂ ਨੂੰ ਜਿਹੜਾ ਬਣਦਾ ਮੁਆਵਜ਼ਾ ਵਾ ਉਹ ਦਿੱਤਾ ਜਾਵੇ ਤੇ ਕਿਸਾਨਾਂ ਦੀ ਬਾਹ ਫੜੀ ਜਾਵੇ ਕੈਮਰਾ ਪਰਸਨ ਜਗਜੀਤ ਸਿੰਘ ਦੇ ਨਾਲ ਅਵਤਾਰ ਸਿੰਘ ਸਮਰ ਨਿਊਜ਼ ਗੁਰਦਾਸ